परेशानी है ने ओ की हो गया ओ की होया की है बकरे की दसा तेनु मेनू जनिया टेंशनां लग गईयां परेशानियां लग गईयां तेनु की दसा मैं की होया ओए एक टेंशन होवे ते तेनु दसा यार मैं परेशानी है यार धोती चुम के पुत तू वेखना पिछले बारी बुलाया रेडी तो मिले मैं जे सानू जाना होवे ते ओ बत्ती चो निकलो तेती च वड़ जाओ हां तेती चो निकलो बत्ती च वड़ जाओ जे फिर भी समझ ना आवे फिर जिथो निकलो उथे वड़ जाओ परेशानी तो नहीं टेंशन मेन रोड आहो शहर ਚਿੱਟੀ ਸਫਾ ਐਡੀ ਦੀ ਮੋਟੀ ਆ ਕੀ ਸੀ ਕੁੱਤੀ ਖੜੀ ਸੀ ਆ ਕੁੱਤੀ ਨੇ ਮੇਰੇ ਵੱਲ ਵੇਖਿਆ ਮੈਂ ਕੁੱਤੀ ਵੀ ਨਹੀਂ ਵੇਖਿਆ ਹਾਂ ਉਹ ਸਾਡੀਆਂ ਅੱਖਾਂ 'ਚ ਅੱਖਾਂ ਪੈ ਗਈ ਅੱਖਾਂ 'ਚ ਮੈਂ ਗੱਲ ਗੱਲ ਕਿਹੜਾ ਮੈਂ ਕਹਿੰਦੀ ਸੋਹਣੀਆਂ ਅੱਖਾਂ ਵਾਲੀ ਮੈਂ ਰਹਿ ਗਿਆ ਤੇਰੇ ਤੇ ਤੇ ਪੈ ਗਈ ਮੇਰੇ ਤੇ ਮੈਨੂੰ ਤੇਰੇ ਗੁੱਸਾ ਗੁੱਸਾ ਮੈਂ ਕੁੱਤੀ ਦੇ ਸਿਰ 'ਤੇ ਮਾਰੀ ਕੁੱਤੀ कुत्ते याद आया रोड कुत्ता मरिया लंघिया नक ते हाथ रख लिया कुत्ता पिछो उठ के बह गया चवला तेरी बो नाल ते मैं मरिया कुत्ता फिर ऐसा उठे हम मैं नाल ही रहना कि तू मेरे ना काम करे कर रोड से कुत्ती बच्चे दुद्ध बना रहे को आके ना पीते मैं भी रहा लोगों को पता चल ये भी है दस बारह कुत्तिया कुत्ता घूम क्या रात लोरो कदन आए घूम सारे चले गए ने कला रह गए मैं तो इंसान ना हो ने सच्ची गल ए हो जे भी कुत्ते होने ने कसाई दे फट्टे तले बैठे होने ने किवे बैठ बता मैं करके कसाई दे फट्टे तले बैठे कुत्तों के चील बोश बोश तो रेड पूरा की पा ए हो जे कुत्ते चलो कहंदे ने मोख 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 आहो मामू जी
ਸ਼ੈਤਾਨ ਉੱਠ ਕੇ ਬਹਿ ਗਿਆ ਕਹਿੰਦਾ ਹਾਜੀ ਤੇ ਮੈਨੂੰ ਮਾਰਨ ਮਾਰਨ ਮੇਰੇ ਮੁੰਡੇ ਵੀ ਮੈਨੂੰ ਮਾਰਨਗੇ ਆਹ ਸੋ ਕਣਕ ਦੀ ਬੋਲ ਚੱਕੀ ਐਂਡਾ ਵੀ ਬੋਲ।
ਨਮਕ ਹਰਾਮ ਜਿੰਨੀ ਤੁਹਾਡੀ ਬੁਜ਼ੁਰਗ ਹੈ ਨਾ ਜਿੰਨੀ ਬਾਕੀ ਹੋਟਲ ਤੇ ਲਾਣਾ ਨਹੀਂ ਬੁੱਤ ਲਾਣਾ ਤਾਂ ਉੱਧਰ ਪਾਈ ਜਾ ਇੱਧਰ ਮੈਮਰੀ ਫੁੱਲ ਆ ਇੱਧਰ ਮੈਮਰੀ ਫੁੱਲ ਆ ਤੇ ਤੇਰੇ ਘਰੇ ਭੇਜ ਦੇਣਾ ਲਾਣ ਤਾਂ ਬੱਕਰਾ ਖਿੱਚਿਆ ਸਿੱਧਾ ਕਰਕੇ ਖਵਾ ਦਿੱਤਾ ਇਹਨੂੰ ਮੈਂ ਬੱਕਰਾ ਇਹ ਤਾਂ ਸੁਬਾਹ ਪਤਾ ਲੱਗਿਆ ਉੱਠ ਕੇ ਵੇਖਿਆ ਬੱਕਰਾ ਉੱਥੇ ਸੀ ਕੁੱਤਾ ਗੈਰ ਕੁੱਤਾ ਗਾਇਬ ਨੀ ਉਹ ਵਿਚਾਲੇ ਖੜਾ ਬੱਕਰਾ ਹੀ ਸੀ ਆ ਕੌਣ ਯਾਰ ਉਹ ਬਾਜੀ ਖਾਲੀ ਹੋਏ ਤਿੰਨੇ ਤਰ੍ਹਾਂ ਦਾ ਸੁਣ ਬਾਜੀ ਕਰ ਦੋ ਸੁਣ ਜਿੱਤੇ ਨਾ ਪਵੇ ਨਾ ਪਛੋਣਾ ਨਾ ਆ ਸਾਡੇ ਬੰਦੇ ਨੇ ਤੁਹਾਡੀ ਕੋਈ ਖੜੀ ਹੋ ਥੋੜੀ ਦੇਰ ਬਾਅਦ ਪਤਾ ਲੱਗਿਆ ਖੋਤੀ ਨੇ ਲਿਟ ਕੀਤੀ ਇਹਦਾ ਆਪਾ ਕਹਿੰਦਾ ਪੁੱਤ ਏਸੀ ਬੰਦ ਕਰਦੇ ਬਰਫਬਾਰੀ ਹੋਣ ਲੱਗ ਗਈ ਬਰਫ ਇਕੱਠੀ ਕਰਦੇ ਮੈਂ ਘਰੋਂ ਭੱਜਿਆ ਭਜਾਇਆ ਮੈਂ ਕਿਹਾ ਕੀ ਹੋਇਆ ਕਹਿੰਦਾ ਰੁਕ ਜਾ ਮੈਨੂੰ ਬਰਫ ਇਕੱਠੀ ਕਰ ਦੇਣ ਤੇ ਮੈਨੂੰ ਮੈਂ ਘਰ ਲੈ ਕੇ ਜਾਣਾ ਪਾਣੀ ਪਵਾਉਂਗਾ ਤੇਰੀ ਮੁੰਜੀ ਤੈਨੂੰ ਨਜ਼ਰ ਨੀ ਆਉਂਦੀ ਨਹੀਂ ਸਾਰੀ ਜੜੀ ਬੂਟੀਆਂ ਜੜੀ ਬੂਟੀਆਂ ਦਾ ਕਹਿਣ ਦਾ ਮਕਸਦ ਹੈ ਜਿਹੜੀ ਖੁਰਾਕ ਪਾਉਣਾ ਅੱਧੀ ਮੁੰਜੀ ਨੂੰ ਜਾਂਦੀ ਅੱਧੀ ਕੋਈ ਵੀ ਸਪਰੇਅ ਕਰ ਲਈ ਹੈ ਕੋਈ ਵੀ ਖਾਦ ਪਾ ਲਈ ਅੱਧੀ ਸਾਡੀ ਫਸਲ ਨੂੰ ਮਿਲਦੀ ਤੇ ਅੱਧੀ ਸਾਡੀ ਜੜੀ ਬੂਟੀਆਂ ਲੈ ਜਾਂਦੀ ਸਾਡੇ ਨੁਕਸਾਨ ਹੋਦਾ ਕੰਮ ਹੈ ਇਹਦਾ ਬਿਹਤਰੀਨ ਹੱਲ ਹੈਗਾ ਤਾਂ ਫਰਕ ਉਹ ਕਿਹੜਾ ਜਿਹਦਾ ਨਾਂ ਹੈਗਾ ਰਹਿਦਾ ਕੰਮ ਪਲੱਸ ਮਿਕਸਚਰ ਹੈਗਾ ਚੌੜੇ ਪੱਤੇ ਤੇ ਪੀਲੇ ਪੱਤੇ ਇਹਦਾ ਤਾਂ ਜੜੂ ਖਾਤਮਾ ਹੋ ਜਾਏਗਾ ਯਾਨੀ ਜਿਹੜੀ ਤੁਸੀਂ ਤਾਫੁਸ ਦੀ ਰਾਇਜ਼ਾ ਬੰਪ ਪਲਸ ਦੱਸੀ ਹੈ ਇਹ ਨਹੀਂ ਕਰਾ ਦੇ ਪੀਲੇ ਪੱਤੇ ਔਰ ਜੋੜੇ ਜੋੜੇ ਦਾ ਖਾਤਮਾ ਕਰੇਗੀ ਪੀਲੇ ਪੱਤੇ ਵਾਲੀ ਜੜੀ ਬੂਟੀ ਚੌੜੇ ਪੱਤੇ ਵਾਲੀ ਹਾਂ ਆਹ ਪੱਗ ਵਾਲੀ ਜੜੀ ਬੂਟੀ ਵੀ ਮਾਰ
ਤਿੰਨ ਤੋਂ ਚਾਰ ਸਾਲ ਹੋ ਗਏ ਅਸੀਂ ਆਪਣੀ ਜ਼ਮੀਨਾਂ ਔਰ ਖੇਤਾਂ ਦੇ ਵਿੱਚ ਮੁੰਜੀ ਦੀ ਫਸਲ ਦੇ ਵਿੱਚ ਇੱਕ ਐਸੀ ਜੜੀ ਬੂਟੀ ਦੇਖ ਰਹੇ ਹਾਂ ਜਿਹਨੂੰ ਕਿਸੇ ਵੀ ਕੰਪਨੀ ਦੀ ਸਪਰੇਅ ਕਰ ਲਓ ਜ਼ਹਿਰੇਬਾਜ਼ੀ ਕਰ ਲਓ ਉਹ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਉਹਨੂੰ ਅਸੀਂ ਲੋਕ ਕਹਿੰਦੇ ਹਾਂ ਘੋੜਾ ਘਾਸ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਨਵੀ ਦਵਾਈ ਕੱਢੀ ਹੈ ਜਨਾਬ ਲੈ ਗਾਮਿਆ ਤੈਨੂੰ ਮੈਂ ਦੱਸ ਰਿਹਾ ਇਹ ਜੇ ਤਫਤ ਵਾਲੇ ਹੈਗੇ ਨਾ ਇਹਨਾਂ ਨੇ ਪਾਕਿਸਤਾਨ ਪਹਿਲੀ ਦਫਾ ਮੁਤਾਰਫ ਕਰਵਾਈ ਆ ਪਹਿਲੀ ਦਫਾ ਭੇਜੀ ਹਾਂਜੀ ਵੈਰੀ ਗੁੱਡ ਰਾਈਸ ਅਪ ਇਹ ਗਰੰਟੀ ਸ਼ੁਦਾ ਹੈ ਜਿਹੜਾ ਘੋੜਾ ਘਾਸ ਖਤਮ ਹੋਏਗੀ ਗਾਮਿਆ ਘੋੜਾ ਘਾਸ ਹੀ ਖਤਮ ਹੋ ਜਾਏਗਾ ਸਵਾਂਕੀ ਡਿਡਨ ਇਹਨਾਂ ਦੇ ਖਤਮ ਕਰ ਹੋਰ ਵੀ ਜਿਹੜੀ ਛੋਟੀ ਜਿਹੀ ਕਹਿੰਦੇ ਘੋੜਾ ਘਾਸ ਖਤਮ ਨਾ ਹੋਈ ਤੇ ਅਸੀਂ ਤੈਨੂੰ ਪੈਸੇ ਲੈ ਕੇ ਦੇਣੇ ਫਿਰ ਗਾਮੇ ਦੇ ਵਾਪਸ ਇਹ ਗਰੰਟੀ ਨਾਲ ਖਤਮ ਕਰੇਗੀ ਗਰੰਟੀ ਨਾਲ ਅਰੇ ਕਿੰਨੇ ਘੋੜਾ ਘਾਸ ਨੂੰ ਇਹ ਖਤਮ ਕਰ ਸਕਦੀ ਹੈ ਜਨਾਬ ਗਾਮਿਆ ਇਹ 4 ਫੁੱਟ ਤੱਕ ਕੰਟਰੋਲ ਕਰੇਗੀ ਘੋੜੇ ਘਾਸ 4 ਫੁੱਟ ਤੱਕ ਸਾਡੀ ਫਸਲ ਦੇ ਵਿੱਚ ਕੀੜੇ ਸੁੰਡੀ ਦਾ ਹਮਲਾ ਹੋ ਜਾਂਦਾ ਹੈ ਜੀਤ ਦਾ ਵੀ ਹਮਲਾ ਹੋ ਜਾਂਦਾ ਹੈ ਸਾਡੀ ਫਸਲ ਨੂੰ ਕੱਟ ਕੇ ਰੱਖ ਦਿੰਦਾ ਹੈ ਅਕਸਰ ਉਹਨਾਂ ਦੇ ਮੁੰਜਰ ਵੀ ਸਫੈਦ ਹੋ ਜਾਂਦੇ ਨੇ ਇਹਦੇ ਬਾਰੇ ਕੋਈ ਹੱਲ ਹੈ ਲੈ ਗਾਮਿਆ ਇਹਦੇ ਵਾਸਤੇ ਬਿਹਤਰੀਨ ਹੱਲ ਹੈਗਾ ਕਿਹੜਾ ਫਿਊਜ਼ਨ ਫਿਊਜ਼ਨ ਕੀ ਹੈ ਜੀ ਗਾਮਿਆ ਫਿਊਜ਼ਨ ਇੱਕ ਦਾਣੇਦਾਰ ਜ਼ਹਿਰ ਹੈਗੀ ਜ਼ਹਿਰ ਅੱਛਾ ਦਾਣੇਦਾਰ ਜ਼ਹਿਰ ਹਾਂਜੀ ਇਹ 7 ਕਿਲੋ ਦੀ ਥੈਲੀ ਹੈ ਇਸ ਤਰ੍ਹਾਂ ਦੀ ਥੈਲੀ ਹੋਣੀ ਹੈ ਇਦਾਂ ਦੀ ਹਾਂਜੀ ਵੀ ਆਟੇ ਨਹੀਂ ਆਟੇ ਪਹਿਲੀ ਜ਼ਹਿਰੇ ਪਾਸ਼ੇ ਹੈ ਨਾ ਜਦੋਂ ਤੁਹਾਡੀ ਫਸਲ ਦੀ ਉਮਰ 30-35 ਦਿਨ ਦੀ ਹੋ ਜਾਵੇ ਨਾ ਤੁਸੀਂ ਪਹਿਲੀ ਜ਼ਹਿਰੇ ਪਾਸ਼ੇ ਕਰ ਦੋ ਤੇ ਦੂਸਰੀ ਜ਼ਹਿਰੇ ਪਾਸ਼ੇ ਉਸ ਟਾਈਮ ਕਰਨੀ ਹੈ ਜਦੋਂ ਤੁਹਾਡੀ ਫਸਲ 55-60 ਦਿਨ ਦੀ ਹੋ ਜਾਵੇ ਨਾ ਤੁਸੀਂ ਇਹਦੀ ਦੂਸਰੀ ਜ਼ਹਿਰੇ ਪਾਸ਼ੇ ਕਰ ਦੋ ਉਹ ਜਦੋਂ ਇੱਕ ਕਰਦੀ ਤੇ ਦੂਸਰੀ ਕਿਉਂ ਕਰਨੀ ਸਾਡਾ ਖਰਚ ਵਧਾਉਣਾ ਪਾਗਲ ਹੋਇਆ ਮਹਿੰਗਾਈ ਥੋੜੀ ਹੋਈ ਪਈ
ਓਏ ਗਾਵੇਂ ਮੇਰੀ ਗੱਲ ਸੁਣ ਜਦੋਂ ਆਪਣੀ ਫਸਲ 20 ਤੋਂ 30 ਦਿਨ ਦੀ ਹੋ ਜਾਵੇ ਨਾ ਇਹਦੇ ਚ ਸੁਣੀ ਦਾ ਹਮਲਾ ਸ਼ੁਰੂ ਹੋ ਜਾਂਦਾ ਸੁਣੀ ਆ ਜਾਂਦੀ ਸਾਨੂੰ ਪਤਾ ਨਹੀਂ ਲੱਗਦਾ ਅੱਲਾ ਦੀ ਕੁਦਰਤ ਨਾਲ ਜਦੋਂ ਆਪਣੀ ਫਸਲ 30 ਤੋਂ 40 ਦਿਨ ਦੀ ਹੋ ਜਾਵੇ ਨਾ ਇਹਦੇ ਚ ਗੁੰਜਰ ਬਣਨਾ ਸ਼ੁਰੂ ਹੋ ਜਾਂਦਾ ਗੁੰਜਰ ਬਣਨਾ ਸ਼ੁਰੂ ਹੋ ਜਾਂਦਾ ਜੇ ਗੁੰਜਰ ਨੂੰ ਸੁਣੀ ਫੱਟ ਲਵੇ ਤਾਂ ਆਪਣੇ ਗੁੰਜਰ ਸਫੈਦ ਨਿਕਲਣਗੇ ਨਾ ਇਸ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਮੇਰੇ ਪਾਸ ਸਾਰੇ ਜਿਹੜੇ ਬੱਚੇ ਸਾਰੇ ਮੰਨ ਸਾਰਿਆਂ ਸਾਰੇ ਨੂੰ ਅੱਜ ਤੱਕ ਪਰਹੇਜ਼ ਵੀ ਆ ਕੋਈ ਰੋਟੀ ਖਾਂਦਾ ਹੋਵੇ ਤੂੰ ਪਰੇ ਹੋ ਕੇ ਖਾਣੀ ਇਸ ਖੇਤ ਦਾ ਪਾਣੀ ਕਿਸੇ ਦੂਸਰੇ ਖੇਤ ਮੁੰਤਕਿਲ ਨਾ ਹੋਵੇ ਬਿਮਾਰੀ ਹੈ ਚਲੋ ਮੈਂ ਬਿਮਾਰੀ ਹਾਂ ਇਹ ਸੂਰ ਤਬਾਹ ਕਰਦਾ ਫਸਲਾਂ ਨੂੰ ਬੇਹਤਰੀਨ ਹੱਲ ਹੈਗਾ ਜਿਹਦਾ ਨਾਂ ਹੈ ਇਹ ਲੈਕਸ ਕੋਈ ਨਵਾਂ ਸਾਬਣ ਹੈ ਇਸਤੇਮਾਲ ਕਦੋਂ ਕਰਨਾ ਚਾਹੀਦਾ ਜਦੋਂ ਸਾਰਾ ਖਾਨਦਾਨ ਇਕੱਠਾ ਬੈਠਾ ਯਾਨੀ ਉਹ ਦਿਨ ਦਾਵਤ ਤੁਹਾਡੀ ਵੀ ਕਰ ਲਵੋ ਇਸਤੇਮਾਲ ਕਰੀਏ ਇਨਸ਼ਾਅੱਲਾ ਅਸਾਂ ਵੀ ਅਮੀਰ ਹੋਣਾ ਹੀ ਇਹਦਾ ਹੱਲ ਹੈ ਤੇ ਹੁਣ ਤਾਂ ਅਸੀਂ ਲੈਣੀ ਲੈਣੀ ਹਰ ਮਸਲੇ ਦਾ ਹੱਲ ਹੈ ਪੁੱਛੋ ਮੁੰਜੀ ਦੀ ਫਸਲ ਹੈ ਮਾਸ਼ਾਅੱਲਾ ਤਾਕਤਵਰ ਹੁੰਦੀ ਹੈ ਹਨੇਰੀ ਤੂਫਾਨ ਆ ਜੇ ਡਿਗਣ ਤੋਂ ਵੀ ਬਚਦੀ ਹੈ ਦਾਣਾ ਵੀ ਮੋਟਾ ਆਉਂਦਾ ਹੈ ਪੈਦਾਵਾਰ ਚ ਇਜ਼ਾਫਾ ਚੁੱਕ ਲਿਓ ਇਹਦਾ ਕੀ ਰਾਜ਼ ਹੈ ਫਰੂਟ ਖਵਾਉਂਦੀ ਹੈ ਲੱਸੀ ਪਿਆਉਂਦੀ ਮੱਖਣ ਪਾਉਂਦੀ ਤਾਂ ਕਿ ਸਾਡਾ ਬੱਚਾ ਤਾਕਤਵਰ ਰਹੇ ਮੈਂ ਇਸੇ ਤਰ੍ਹਾਂ ਤਫਾਦਾਰਾਂ ਕੋਲ ਇੱਕ ਖੁਰਾਕ ਹੈਗੀ ਬਣੀ ਬਣੀ ਖੁਰਾਕ ਜਿਹਦਾ ਨਾਂ ਹੈਗਾ ਗ੍ਰਾਂਟ ਉਹ ਜਾ ਇੱਥੇ ਹਕੂਮਤ ਦੀ ਗ੍ਰਾਂਟ ਦੀ ਕਿਧਰੋਂ ਜੰਗ ਗ੍ਰਾਂਟ ਇਹ ਹਕੂਮਤ ਨਾਲ ਲੀਪੇ ਇਹ ਤਾਂ ਪਹਿਲੇ ਦੀ ਸਪਰੇ
ਇਸਤੇਮਾਲ ਕਰਨਾ ਚਾਹੀਦਾ ਜਨਾਬ? ਹਾਂ ਗਾਮਿਆ, ਇਹ ਬੜੀ ਜ਼ਬਰਦਸਤ ਗੱਲ ਪੁੱਛਿਆ। ਏਦਾਂ ਆਪਾਂ ਉਸ ਟਾਈਮ ਇਸਤੇਮਾਲ ਕਰ ਸਕਦੇ ਹਾਂ ਜਦੋਂ ਆਪਣੀ ਫਸਲ ਗੋਭ ਦੀ ਹਾਲਤ ਹੋਵੇ। 15 ਦਿਨ ਠਹਿਰ ਕੇ ਤੁਸੀਂ ਇਹਦਾ ਦੂਸਰਾ ਸਪਰੇਅ ਕਰ ਦਿਓ, ਯਾਨੀ ਕਿ ਦੋ ਸਪਰੇਅ ਲਾਜ਼ਮ ਹੀ ਕਰਨੇ। ਦੋ ਸਪਰੇਅ ਗ੍ਰਾਂਟ ਦੇ ਇਸਤੇਮਾਲ ਹੋ। ਵੈਰੀ ਗੁੱਡ, ਅੱਲਾਹ ਦਾ ਸ਼ੁਕਰ ਹੈ ਸਾਰੀਆਂ ਯਾਦ ਨੇ। ਫਿਰ ਇੱਕ ਵਾਰੀ ਰਿਪੀਟ ਕਰਨੇ ਆ ਜਨਾਬ, ਜਿਹਨੂੰ ਇਨਾਮ ਚਾਹੀਦਾ ਜਿਸ ਭਾਈ ਨੂੰ, ਉਹ ਆਪਣੇ ਜ਼ਿਹਨ 'ਚ ਰੱਖ ਲਵੇ ਉਹ ਦਵਾਈ ਕਿਹੜੀ, ਦਵਾਈ ਕਿਹੜੇ ਇਸਤੇਮਾਲ ਵਾਸਤੇ ਸੀ ਔਰ ਕਿੰਨੀ ਇਸਤੇਮਾਲ ਸੀ। ਇਸ ਤਰ੍ਹਾਂ ਹੀ ਹੈ, ਪਹਿਲੀ ਤੁਸੀਂ ਦੱਸੀ ਸਾਨੂੰ ਤਾਕਤ ਦੀ ਰਾਜ ਦਾ ਫਾਰਮ ਖੁਲਸ, ਜਿਹੜੀ ਪੀਲੇ ਪੱਤੇ ਹੋਰ ਚੌੜੇ ਪੱਤੇ ਦਾ ਚੜੋ ਪਾਕਿਸਤਾਨ ਜਿਹੜੀ ਘੋੜਾ ਕਾਟ ਨੂੰ ਖਤਮ ਕਰੇਗੀ, ਹੋਰ ਵੀ ਤਮਾਮ ਛੋਟੀ ਮੋਟੀ ਜਿਹੜੀ ਵੀ ਜੜੀ ਬੂਟੀਆਂ ਨੇ ਉਹਨਾਂ ਨੂੰ ਖਤਮ ਕਰੇਗੀ। 600 ਮਿਲੀਲੀਟਰ ਫੀ ਏਕੜ ਦੀ ਮਿਕਦਾਰ ਹੈ। ਸਹੀ, ਠੀਕ ਹੈ ਜੀ। ਹੋਰ ਤੁਸੀਂ ਦੱਸੀਏ, ਜਿਹੜੀ ਆ ਕੀੜੇ ਸੁੰਡੀ ਜੀਤ ਦਾ ਹਮਲਾ ਹੋ ਜਾਂਦਾ, ਸਾਡੀ ਫਸਲ ਨੂੰ ਤਬਾਹ ਕਰਕੇ ਰੱਖ ਦਿੰਦਾ, ਮੁੰਜੇ ਵਿੱਚ ਪੈਦ ਹੋ ਜਾਂਦੇ ਨੇ, ਕੀੜੇ ਸੁੰਡੀ ਦੇ ਹਮਲੇ ਤੋਂ ਬਚਾਉਣ ਵਾਸਤੇ ਸਾਡੀ ਫਸਲ ਵਾਸਤੇ ਤੁਸੀਂ ਦੱਸਿਆ ਤਾਪਸ ਦੀ ਇੱਕ ਦਾਣੇਦਾਰ ਤਿਆਰ ਹੈ, ਉਹਦਾ ਨਾਂ ਹੈ ਫਿਊਜ਼ਨ। 7 ਕਿਲੋ ਦੀ ਥੈਲੀ ਹੈ, ਫੀ ਏਕੜ ਦੇ ਵਿੱਚ ਦੋ ਥੈਲੀਆਂ ਇਸਤੇਮਾਲ ਕਰਨੀਆਂ ਨੇ, ਇੱਕ 30 ਤੋਂ 35 ਦਿਨਾਂ ਦਰਮਿਆਨ, ਦੂਸਰੀ 55 ਤੋਂ 60 ਦਿਨਾਂ ਦਰਮਿਆਨ ਨੇ। ਇਸ ਤਰ੍ਹਾਂ ਹੀ ਹੈ, ਇਹਦਾ ਪ੍ਰੇਜ਼ ਕੀ ਹੈ ਜੀ, ਇਸ ਜ਼ਮੀਨ ਦਾ ਪਾਣੀ ਦੂਸਰੀ ਜ਼ਮੀਨ 'ਚ ਮੁੰਤਕਿਲ ਨਹੀਂ ਕਰਨਾ ਚਾਹੀਦਾ। ਜਦੋਂ ਵੈਰੇ ਪਾਸੀ ਕਰਨੀ ਹੈ ਉਸ ਤੋਂ ਬਾਅਦ ਦੋ ਤੋਂ ਤਿੰਨ ਪਾਣੀ ਉਹਦੇ 'ਚ ਖੜਾ ਹੋਣਾ ਚਾਹੀਦਾ। ਫਿਊਜ਼ਨ ਦੱਸੀਏ ਤੁਸੀਂ ਤਾਪਸ ਦੀ, ਇੱਕ ਹੋਰ ਤੁਸੀਂ ਦੱਸੀਏ ਬਾਦਸ਼ਾਹ ਦੇ ਵਿੱਚ ਬਿਮਾਰੀਆਂ ਬੱਕਾ ਬਲਾ ਸ਼ੀਤ ਬਲਾ ਜਾਂ ਸੁਕਾਟ, ਇਹਨਾਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਆਪਣੀ ਫਸਲ ਨੂੰ, ਉਹਦੇ ਵਾਸਤੇ ਤੁਸੀਂ ਦੱਸੀਏ ਤਾਪਸ ਦੀ ਏ ਲੈਕਸ ਦੁਕਾਨ ਹਰੇ ਰੰਗ ਨਾਲ ਲਿਖਿਆ ਹੋਗਾ ਤਾਪਸ। ਇਸ ਤਰ੍ਹਾਂ ਹੀ ਅਗਰ ਐਸੀ ਦੁਕਾਨ ਤੋਂ ਅਸੀਂ ਲਵਾਂਗੇ ਤੇ ਸਾਨੂੰ ਓਰਿਜਨਲ ਔਰ ਇੱਕ ਨੰਬਰ ਚੀਜ਼ਾਂ ਗਰੰਟੀ ਸ਼ੁਦਾ ਮਿਲਣਗੀਆਂ। ਉਹ ਬਸ ਛੱਡ ਦੇ, ਤੁਹਾਡੇ ਘਰ ਗਏ ਰਸ਼ ਲੱਗਿਆ, ਜਨਾਬ ਤੁਹਾਨੂੰ ਕੋਈ ਵੀ ਮਸ਼ਰਾ ਚਾਹੀਦਾ ਹੋਵੇ ਕਿਸੇ ਵੀ ਫਸਲ ਦੇ ਹਵਾਲੇ ਨਾਲ, ਸਾਡੇ ਇੱਥੇ ਸੇਲ ਤਰੀਕ ਹੋਵੇ ਉਹ ਤੁਹਾਡੀ ਇਨਸ਼ਾਲਾ ਆ ਕੇ ਰਹਿਨਮਾਈ ਕਰਨਗੇ। ਸਾਡੇ ਫਰੈਂਡ ਚੈੱਕ ਤੇ ਐਮ ਮੌਲਵੀ ਸਾਹਿਬ ਵੀ ਨਾਲ ਬੈਠੇ ਨੇ, ਉਹਨਾਂ ਕੋਲ ਵੀ ਤੁਸੀਂ ਮਸ਼ਰਾ ਲੈ ਸਕਦੇ ਹੋ ਕਿਹੜੀ ਦਵਾਈ ਕਿਹੜੇ ਇਸਤੇਮਾਲ ਕਰਦੇ ਆ। ਅਸੀਂ ਹੁਣ ਗੁਜ਼ਾਰਿਸ਼ ਕਰਾਂਗੇ ਸੇਲ ਅਫੀਸਰ ਸਾਹਿਬ ਨੂੰ ਇੱਥੇ ਆਉਣ ਔਰ ਤੁਹਾਡੀ ਰਹਿਨਮਾਈ ਕਰੇ, ਉਹਨਾਂ ਨੂੰ ਤਾੜੀ ਲੈ। ਆਡੀਓ
ਹੈਲੋ ਤਮਾਮ ਦੋਸਤਾਂ ਨੂੰ ਮੇਰੀ ਤਰਫੋਂ ਅਸਲਾਮ ਅਲੈਕੁਮ। ਪਹਿਲੇ ਤੇ ਜ਼ੋਰਦਾਰ ਤਾਲੀਆਂ ਸਾਡੀਆਂ ਫਨਕਾਰਾਂ ਵਾਸਤੇ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸਾਨੂੰ ਫਸਲ ਦੇ ਸਾਰੇ ਮਰਾਹਲ ਦੇ ਹਵਾਲੇ ਨਾਲ ਸਮਝਾਇਆ ਕਿ ਕਾਸ਼ ਤੋਂ ਲੈ ਕੇ ਜਿਹੜੀ ਬੂਟੀ ਤੋਂ ਲੈ ਕੇ ਅਸੀਂ ਕਿਸ ਤਰ੍ਹਾਂ ਆਪਣੀ ਫਸਲ ਜਿਹੜੀ ਹੈ ਆਖਰੀ ਮਰਲੇ ਤੱਕ ਜਿਹੜਾ ਉਹਦੀ ਹਿਫਾਜ਼ਤ ਕਰ ਸਕਦੇ। ਉਸ ਤੋਂ ਬਾਅਦ ਜਿਹੜੀ ਇੱਕ ਅਹਿਮ ਗੱਲ ਹੈ ਉਹ ਹੈ ਮੂੰਜੀ ਦੀ ਉਮਰ ਦੇ ਹਵਾਲੇ ਨਾਲ। ਜਦੋਂ ਅਸੀਂ ਪਨੀਰੀ ਟਰਾਂਸਪਲਾਂਟ ਕਰਨੀ, ਤਮਾਮ ਦੋਸਤਾਂ ਨੂੰ ਪਤਾ ਹੋਏਗਾ ਕਿਤਨੀ ਉਮਰ ਦੀ ਪਨੀਰੀ ਅੱਗੇ ਅਸੀਂ ਮੁੰਤਕਿਲ ਕਰਦੇ ਹਾਂ ਜੀ, ਕੋਈ ਦੱਸੇਗਾ ਦੋਸਤ? 25-30 ਦਿਹਾੜੇ। ਹੋਰ ਕੋਈ ਦੋਸਤ? 30-35 ਦਿਨ। ਅਗਰ ਤੇ ਤੁਹਾਡੀ ਮਾਲੂਮਾਤ ਵਿੱਚ ਮੈਂ ਇਜ਼ਾਫਾ ਕਰਾਂਗਾ ਕਿ ਅਗਰ 30-35 ਦਿਨ ਤੱਕ ਹੋ ਜਾਏ ਤਾਂ ਉਹਦਾ ਸਾਨੂੰ ਫਾਇਦਾ ਹੈ। ਫਾਇਦਾ ਕੀ ਹੈ ਕਿ ਮੂੰਜੀ ਨੇ ਪਹਿਲੇ 55 ਦਿਨ ਕਿਹੜੇ ਕਿ 30 ਦਿਨ ਜਿਹੜੇ ਪਨੀਰੀ 'ਚ ਗੁਜ਼ਾਰੇ ਨੇ ਔਰ ਅਗਲੇ 25 ਦਿਨ ਜਿਹੜੇ ਅੱਗੇ ਫਸਲ ਦੇ ਵਿੱਚ ਗੁਜ਼ਾਰੇ ਨੇ ਉਹਦੇ ਵਿੱਚ ਉਹ ਜਿਹੜਾ ਬੂਟਾ ਮਾਰੇਗੀ ਉਹ ਪੈਦਾਵਾਰੀ ਬੂਟਾ ਹੋਏਗਾ। ਬੂਟਾ ਸਮਝਦੇ ਹੋ ਜੀ ਕੀ ਹੁੰਦਾ? ਕੋਈ ਸਮਝਾਏਗਾ ਦੋਸਤ? ਜੀ ਟਿੱਲਰ ਜ਼ਿਆਦਾ, ਜਾੜ ਜ਼ਿਆਦਾ। ਜਿਤਨਾ ਪਹਿਲੇ 55 ਦਿਨ ਜਾੜ ਜ਼ਿਆਦਾ ਮਾਰੇਗੀ ਉਹਦੀ ਉਹ ਪੈਦਾਵਾਰੀ ਟਿੱਲਰ ਹੋਣਗੇ, ਉਹਨਾਂ ਦੇ ਉੱਤੇ ਮੂੰਜਰ ਵਜ਼ਨੀ ਔਰ ਦਾਣੇ ਵਜ਼ਨੀ ਮੂੰਜਰ ਵੱਡਾ ਲੱਗੇਗਾ। 55 ਦਿਨ ਤੋਂ ਬਾਅਦ ਵੀ ਮੂੰਜੀ ਬੂਟਾ ਮਾਰਦੀ ਰਹਿੰਦੀ ਐਂਡ ਤੱਕ ਪੱਕਣ ਤੱਕ, ਲੇਕਿਨ ਉਹ ਪੈਦਾਵਾਰੀ ਟਿੱਲਰ ਨਹੀਂ ਹੋਣਗੇ। ਇਸ ਲਈ ਕੋਸ਼ਿਸ਼ ਕਰਕੇ ਮੂੰਜੀ ਦੀ ਮੁੰਤਕਲੀ ਬਰ ਵਕਤ ਕਰਨੀ। ਠੀਕ ਹੋ ਗਿਆ ਜੀ। ਦੂਸਰਾ, ਮੂੰਜੀ ਨੂੰ ਪਹਿਲੀ ਖਾਦ ਕਿਤਨੇ ਦਿਨ ਬਾਅਦ ਇਸਤੇਮਾਲ ਕਰਦੇ ਹੋ? ਸੱਤ ਅੱਠ ਦਿਨ। ਮੂੰਜੀ ਜਿਹੜੀ ਹੈ ਤਕਰੀਬਨ 4th-5th ਦਿਨ ਜੜ ਆਪਣੀ ਚਲਾ ਜਾਂਦੀ, ਲੇਕਿਨ ਸਾਡੇ ਦੋਸਤ ਜਿਹੜੇ ਨੇ ਉਹ ਇੰਤਜ਼ਾਰ ਕਰਦੇ ਰਹਿੰਦੇ ਨੇ ਵੀ ਮੂੰਜੀ ਅਜੇ ਜੜ ਨਹੀਂ ਚਲਾਈ, ਅਸੀਂ ਲੇਟ ਕਰਦੇ ਹਾਂ। ਮੂੰਜੀ ਨੂੰ ਪਹਿਲੀ ਫਾਸਫੋਰਸੀ ਖੁਰਾਕ ਜਿਹੜੀ ਹੈ ਉਹ 4-5 ਦਿਨ ਤੋਂ ਬਾਅਦ ਤੁਸੀਂ ਪਾ ਸਕਦੇ ਹੋ। ਜਲਦੀ ਫਾਸਫੋਰਸੀ ਖੁਰਾਕ ਪਾਉਣ ਦਾ ਮਕਸਦ ਕੀ ਹੈ ਕਿ ਅਸੀਂ ਅਗਲੀ ਜ਼ਿੰਕ ਦੀ ਐਪਲੀਕੇਸ਼ਨ ਅਗਲੇ ਹਫ਼ਤੇ ਬਾਅਦ ਕਰ ਲਈਏ। ਹੁਣ ਜ਼ਿੰਕ ਦਾ ਇਸਤੇਮਾਲ ਸਾਰੇ ਦੋਸਤ ਕਰਦੇ ਹੋਣੇ ਨੇ ਔਰ ਜ਼ਿੰਕ ਦਾ ਫਾਇਦਾ ਵੀ ਸਾਰਿਆਂ ਨੂੰ ਪਤਾ ਹੋਣਾ। ਜ਼ਿੰਕ ਦਾ ਫਾਇਦਾ ਇਹ ਵੇ ਕਿ ਜ਼ਿੰਕ ਪੌਦੇ 'ਚ ਨਵੀਆਂ ਜੜ੍ਹਾਂ ਬਣਾਉਣ ਦੇ ਅਮਲ 'ਚ ਤੇਜ਼ੀ ਕਰ ਦਿੰਦੀ। ਅਸੀਂ ਜਿਤਨੀ ਲੇਟ ਜ਼ਿੰਕ ਦਾ ਇਸਤੇਮਾਲ ਕਰਾਂਗੇ ਉਤਨੀ ਸਾਡਾ ਉਹ ਪੌਦਾ ਜਿਹੜਾ ਨਵੀਆਂ ਜੜ੍ਹਾਂ ਦਾ ਲੇਟ ਬਣਾਉਣ ਦਾ ਆਗਾਜ਼ ਕਰੇਗਾ, ਜਿਸ ਨਾਲ ਸਾਡੀ ਪੈਦਾਵਾਰ ਮੁਤਾਸਰ ਹੋਏਗੀ। ਇਸ ਲਈ ਕੋਸ਼ਿਸ਼ ਕਰਕੇ ਪਹਿਲੀ ਖੁਰਾਕ ਫਾਸਫੋਰਸੀ ਜਲਦੀ ਡਾਲ ਲੈਣੀ ਹੈ ਤਾਂ ਕਿ ਅਸੀਂ ਜ਼ਿੰਕ ਦੀ ਐਪਲੀਕੇਸ਼ਨ ਜਲਦੀ ਕਰ ਸਕੀਏ। ਬਹੁਤ ਸ਼ੁਕਰੀਆ। ਹੁਣ ਤੁਹਾਡੇ ਕੋਲ ਪੁੱਛਦੇ ਸਵਾਲ ਕਿ ਜਿਹੜੇ ਦੋਸਤ ਸਵਾਲ ਦਾ ਜਵਾਬ ਆਉਂਦਾ ਹੋਵੇ, ਚਾਚਾ ਜੀ ਸਵਾਲ ਜਵਾਬ ਪੁੱਛਣ ਲੱਗੇ ਤਾਂ ਰਜੀਵ ਦੇ ਵਿੱਚ ਪਾਣਾ ਮੋਬਾਈਲ ਉੱਥੋਂ ਆਏ ਨਾ ਜੀ ਪਰੇ ਜੀ ਆ ਜਾਂਦਾ ਥਲੋ ਆ ਗਏ ਆਈ ਸਾਹਿਬ ਇੱਧਰ ਕਿਉਂ ਬੰਦੇ ਦੇ ਨਕਲਾਂ ਲਾਉਂਦਾ ਹਾਲਾਂਕਿ ਤੈਨੂੰ ਆਹੋ ਜੀ ਨਕਲਾਂ ਲਾਉਂਦਾ ਇਹਦੀ ਅਸਲ ਵੀ ਲਾਤੀ ਸੀ ਕੋਈ। ਅਸਲਾਮ ਅਲੈਕੁਮ। ਹਾਜੋ ਕੀ ਘਬਰਾਈ ਕਿਉਂ ਜਾਣਾ? ਨਾਮ ਕੀ ਹੈ? ਆਸਿਫ ਰਜ਼ਾ। ਦਵਾਈ ਦਾ ਕੀ ਨਾਮ? ਰਾਜ ਸਾਹਿਬ। ਕਿਵੇਂ ਇਸਤੇਮਾਲ ਇਸਤੇਮਾਲ ਕਿਵੇਂ ਕਰਦੇ? ਸਪਰੇਅ ਕਰਨਾ। ਕਾਹਦੇ ਨਾਲ? ਡਰਮੀ ਨਾਲ। ਡਰਮੀ ਨਾਲ ਨਹੀਂ ਉਹਦੇ ਨਾਲ ਟਾਈਪ ਸਾਰੇ ਡੀਲੇ ਖਤਮ ਹੋ ਜਾਣਗੇ ਕਾਲੇ ਹੁਣ ਭਾਵੇਂ ਸਿੱਧੀ ਹੋ। ਅੱਛਾ ਕੀ ਕੰਮ ਕੁੰਮ ਵੀ ਕਰਦੇ ਹੋ? ਜੀ ਕੀ ਕਰਦੇ? ਖੇਤੀਬਾੜੀ। ਸਪਰੇਅ ਕਰ ਲੈਣਾ? ਜੀ। ਟੈਂਕੀ ਨੋਜ਼ਲ ਲਾ ਲੈਣਾ? ਜੀ। ਪਾਣੀ ਲਾਉਣਾ? ਜੀ। ਕੰਮ ਕੀ ਕਰਦਾ? ਘਬਰਾਣਾ। ਅੱਛਾ ਕੀ ਦਵਾਈ ਦਾ ਕੀ ਨਾਮ ਸੀਗਾ? ਰਾਜ ਸਾਹਿਬ। ਕਿੰਨੀ ਇਸਤੇਮਾਲ ਕਰਨੀ, ਕੋਈ ਤਰੀਕਾ ਕਾਰ ਪਤਾ?
4 ਤੋਂ 5 ਫੁੱਟ ਜਿਆਦਾ ਲੈ ਹੋ ਜਾ 3 ਤੋਂ 4 ਫੁੱਟ ਕੀ 600 ਮਿਲੀਲੀਟਰ ਅੱਛਾ ਵੀ 4 ਤੋਂ 5 ਘੋੜਾ ਕਾ ਹੋ ਜੇ ਤੇ ਤੂੰ ਸਾਰੇ ਘੋੜੇ ਇਕੱਠੇ ਕਰਕੇ ਸਟੇਸ਼ਨ ਤੇ ਪਾ ਦੇ ਲੈ ਆ ਜੀ ਖੂਬਸੂਰਤ ਜਾਈ ਰਾਮ ਇਹਨਾਂ ਦੇ ਨਾਲ ਜਾਏਗਾ ਤੇ ਜ਼ੋਰਦਾਰ ਤਾਲੀ ਦੇ ਹੱਥ ਲਾ ਲਓ ਕੁਛ ਨਹੀਂ ਲੋ ਘਬਰਾਉਣਾ ਨਹੀਂ ਘਬਰਾਉਣਾ ਇੱਕ ਹੋਰ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਸੀ ਭੁੱਲ ਗਿਆ ਰਾਇ ਰਾਈ ਸਾਹਿਬ ਦੇ ਹਵਾਲੇ ਨਾਲ ਦੋਸਤਾਂ ਦੱਸਿਆ ਕਿ 4 ਫੁੱਟ ਦਾ ਵੀ ਹੋਵੇ ਤੇ ਕੰਟਰੋਲ ਹੋ ਜਾਂਦਾ ਲੇਕਿਨ ਅਸਾਂ ਸਪਰੇ ਜਲਦੀ ਕਰਨਾ 4 ਫੁੱਟ ਤੱਕ ਕੰਟਰੋਲ ਇਹਦਾ ਹੈ ਸਪਰੇ ਜਲਦੀ ਕਰਾਂਗੇ ਤੇ ਉਹ ਜਲਦੀ ਕੰਟਰੋਲ ਹੋਏਗਾ ਜਿਹੜੀ ਖੁਰਾਕ ਇਸ ਨੇ ਲੈਣੀ ਉਹ ਸਾਡੀ ਫਸਲ ਲੈ ਲਏਗੀ ਇਸ ਲਈ ਕੋਸ਼ਿਸ਼ ਕਰਕੇ ਜਦੋਂ 3 ਤੋਂ 4 ਪੱਤੇ ਦੀ ਹਾਲਤ 'ਚ ਜਾਂ ਪਾਣੀ ਤੋਂ ਬਾਹਰ ਘੋੜਾ ਗਾ ਨਜ਼ਰ ਆਉਣ ਲੱਗ ਪਏ ਸਪਰੇ ਕਰਦੇ ਹੋ ਉਸ ਦਾ ਯਕੀਨੀ ਖਾਤਮਾ ਹੋ ਜਾਏਗਾ ਅਗਰ ਅਸੀਂ 3-4 ਫੁੱਟ ਵਾਲੇ ਰੌਲੇ 'ਚ ਪੈ ਗਏ ਤੇ ਉਹ ਕੰਮ ਫਿਰ ਲੰਮਾ ਹੋ ਜਾਣਾ ਬਹੁਤ ਸ਼ੁਕਰੀਆ ਹਾਂਜੀ ਯਾਨੀ ਕਿ ਉਹ ਨਾ ਵੀ ਤੁਸੀਂ 6 ਫੁੱਟ ਤੱਕ ਕਰ ਦੋ ਤੇ ਮੁੜ ਕੇ ਉਹ ਤੋਂ 2 ਫੁੱਟ ਕੈਂਚੀ ਨਾਲ ਕੱਟ ਕੇ ਕੋਈ 4 ਫੁੱਟ ਖਤਮ ਥੀ ਵੀ ਉਹ ਨਾ ਨਾ ਸਾਬੋ 4 ਫੁੱਟ ਤੋਂ ਉੱਤੇ ਵਧੇਗਾ ਤਾਂ ਫੇਰ ਇਹ ਤਾਂ ਗਰੰਟੀ ਆ ਗਈ ਹੈ ਇਹੋ ਜਿਹਾ ਕੋਈ ਕੰਮ ਨਾ ਹੋਵੇ ਉਸ ਤੋਂ ਪਹਿਲੇ ਕੰਟਰੋਲ ਕਰਨਾ ਚਾਹੀਦਾ ਚਾਚਾ ਜੀ ਕਿਉਂ ਨੀ ਅੱਛਾ ਜੀ ਆਈ ਦਾ ਦੂਸਰਾ ਸਵਾਲ ਕਿ ਤਮਾਮ ਬਿਮਾਰੀਆਂ ਖਤਮ ਕਰਨ ਵਾਸਤੇ ਤੁਹਾਨੂੰ ਸਪਰੇ ਦੱਸਿਆ ਗਿਆ ਉਸ ਸਪਰੇ ਦਾ ਕੀ ਨਾਮ ਹੈ ਨਹੀਂ ਜੀ ਤੁਸੀਂ ਉਸਦਾ ਐਫ ਓ ਆ ਜਾ ਬਾਈ ਮੇਰੀ ਲੋੜ ਪੈ ਗਈ ਆ ਜਾ ਮੇਰੇ ਬੱਬਰ ਸ਼ੇਰ ਦੀਆਂ ਆਇਆ ਜਾ ਹੁਣ ਦੁੱਧ ਲੈ ਕੇ ਅਸਲਾਮ ਵਾਲੇਕੁਮ ਵਾਲੇਕੁਮ ਅਸਲਾਮ ਨਾਮ ਬਸ਼ੀਰ ਸੁਲਤਾਨ ਬਸ਼ੀਰ ਭਾਈ ਕਿਉਂ ਕੰਮੀ ਕੋਈ ਆਉਣਾ ਜਿਵੇਂ ਵਾਈਬ੍ਰੇਸ਼ਨ ਤਾਂ ਲੱਗੇ ਅੱਛਾ ਬਸ਼ੀਰ ਭਾਈ ਤੁਸੀਂ ਇਹ ਦੱਸੋ ਤਮਾਮ ਬਿਮਾਰੀਆਂ ਕਿਵੇਂ ਖਤਮ ਕਰਨੀਆਂ ਬਿਮਾਰੀਆਂ ਸਰ ਕਿਹੜੀ ਉਹ ਸਪਰੇ ਫੰਜਸਾਈਡ ਹੋਣਾ ਹੈ ਜਾਂ ਦੂਸਰਾ ਜਿਹੜੀ ਬੂਟੀ ਮਾਰ ਹੋਣਾ ਮੈਨੂੰ ਤੁਸੀਂ ਵਜ਼ਾ ਨਹੀਂ ਨਹੀਂ ਉਹ ਜਿਹੜੀ ਬਿਮਾਰੀਆਂ ਫੈਲਦੀਆਂ ਬਾਰਿਸ਼ ਨਾਲ ਮੱਕਾ ਬਲਾਸ ਉਹ ਜਿਹੜੀ ਬਿਮਾਰੀ ਆ ਵੀ ਆਈ ਖੜੀ ਤੁਹਾਡੇ ਇਲਾਕੇ 'ਚ ਉਹ ਖਤਮ ਕਰਨ ਵਾਸਤੇ ਕੀ ਮਾਰਦਾ ਇਹ ਲੈਕਸ ਬੰਦੇ ਢੇਰ ਫਿਰ ਨੰਬਰ ਲੈ ਲੈ ਇਹਨੂੰ ਇਸੇ ਕਾਲਾ ਇਲਮ ਕਰ ਦਿਓ ਅੱਛਾ ਜੀ ਹੁਣ ਤੁਹਾਡੇ ਕੋਲ ਹੋਰ ਸਵਾਲ ਪੁੱਛਦੇ ਕਿ ਤਮਾਮ ਲੱਕੀ ਦਾ ਪੱਤਾ ਚੋੜਾ ਪੱਤਾ ਖਤਮ ਕਰਨ ਵਾਸਤੇ ਜੜੀ ਬੂਟੀ ਨੂੰ ਮਾਰਨ ਵਾਸਤੇ ਕਿਹੜੀ ਸਪਰੇ ਇਸਤੇਮਾਲ ਹੁੰਦਾ ਹਾਂਜੀ ਨਹੀਂ ਜੀ ਇੱਕ ਇੱਕ ਵਾਲ ਕਲਾ ਕੇ ਹੁਣ ਦੋ ਨਹੀਂ ਕਰਦੇ ਨਾ ਇੱਕ ਮੱਥੇ ਤੇ ਲਾਉਣਾ ਜਦੋਂ ਕੋਈ ਟਾਈਮ ਪੁੱਛੋ ਤਮਾਮ ਜੜੀ ਬੂਟੀਆਂ ਚੋੜਾ ਪੱਤਾ ਲੁਕੀਲਾ ਪੱਤਾ ਤੁਹਾਨੂੰ ਮਾਰਨ ਵਾਸਤੇ ਤੁਹਾਨੂੰ ਸਪਰੇ ਦੱਸੇਗਾ ਉਹਦਾ ਕੀ ਨਾਮ ਹੈ ਤੁਸੀਂ ਆਉਣੇ ਹੋ ਕਿ ਮੈਂ ਆਵਾਂ ਥੱਲੇ ਉਹ ਆ ਜਾਓ ਭਾਈ ਕੁਛ ਨੀ ਹੁੰਦਾ ਆ ਜਾਓ ਚਾਚੂ ਜੀ ਆ ਜਾਓ ਉੱਥੇ ਆ ਜਾਓ ਤਾਲੀਆਂ ਦੀ ਬਜ਼ੁਰਗਾਂ ਵਾਸਤੇ ਚਾਚਾ ਅਸੀਂ ਵੀ ਵੇਖ ਕੇ ਮਾਹੌਲ ਕਰਦੇ ਜਿਹੜਾ ਬੇਫਿਕਰ ਹੋ ਜਾਓ ਆ ਜਾਓ ਉੱਥੇ ਆ ਜਾਓ ਚਲੋ ਮਾਸ਼ਾ ਅੱਲਾ ਬਰਕਤ ਪਾਵੇ ਦਿਓ ਜੀ ਨਾਮ ਚਾਚਾ ਨੂਰ ਇਤਨੀ ਦੂਰ ਆਇਆ ਜ਼ਰੂਰ ਮਿਹਰਬਾਨੀ ਹਜ਼ੂਰ ਰਾਮ ਪਕੜੋ ਜ਼ਰੂਰ ਕਿਉਂ ਟੈਨਸ਼ਨ ਲੈਂਦੇ ਹੋ ਫਜ਼ੂਲ ਇੱਥੇ ਥੱਲੇ ਖੜਾ ਸੂਰ ਅੱਗੇ ਆਓ ਜੀ ਤੂੰ ਮੈਨੂੰ ਕਰਨਾ ਮਜਬੂਰ ਤੂੰ ਚੁੱਪ ਕਰਕੇ ਖੜਾ ਅੱਛਾ ਜੀ ਆਈ ਜਾ ਹੋਰ ਸਵਾਲ ਪਤਾ ਨੀ ਕਿਨਵਾ ਕੀੜੇ ਸੁੰਡੀ ਮਾਰਨ ਵਾਸਤੇ ਤੁਹਾਨੂੰ ਇੱਕ ਦਾਣੇਦਾਰ ਜ਼ਹਿਰ ਦੱਸੇਗੀ ਉਹਦਾ ਕੀ ਨਾਮ ਹੈ ਤੈਨੂੰ ਆ ਜਾ ਫਿਰ ਉੱਤੇ ਆ ਮਾੜੇ ਤੇ ਮਾੜ ਸਿਆ ਜੇ ਮਾੜੇ ਤੇ ਮਾੜ ਸਿਆ ਜੇ
ਕੁਝ ਵੀ ਹੋਵੇ ਉਹ ਸਭ ਪਿਆਰੇ ਕੁਝ ਵੀ ਹੋਵੇ ਉਹ ਸਭ ਪਿਆਰੇ ਕਿਉਂ ਸੁਣੇ ਦਰਦ ਕਿਉਂ ਬਈਏ ਦਰਦ ਗਿਲਾ ਕਰੋ ਪਰ ਅਖਬਾਰੀ ਬਿਸਮਿਲਾ ਕਰ ਮਾੜੇ ਤੇ ਮਾਣਸ ਮਲੰਗ ਜੀ ਮੈਂ ਕਿਹਾ ਕੋਈ ਖਾਣ ਵਾਲੀ ਚੀਜ਼ ਦੇਈ ਉਹਨਾਂ ਨੂੰ ਰਾਹ ਚ ਖੋਲ ਲੈ ਲੋਕੀ ਦੂਸਰੇ ਨੇ ਦੰਦ ਥੋੜੇ ਨਿਕਲਦੇ ਨੇ ਜ਼ਿਆਦਾ ਨਿਕਲੇ ਡਰਨਾ ਹੀ ਹੈ ਜਦੋਂ ਏਡਾ ਏਡਾ ਮੇਡ ਬਾਹਰ ਆਇਆ ਪਈ ਅਸਲਾਮ ਵਾਲੇਕੁਮ ਵਾਲੇਕੁਮ ਨਾਮ ਮੁਹੰਮਦ ਅਮਜਦ ਕੱਲ ਮੈਂ ਇੱਕ ਬੰਦੇ ਨੂੰ ਪੁੱਛਿਆ ਮੈਂ ਕਿਹਾ ਨਾਮ ਕਹਿੰਦਾ ਜਲੇਬੀ ਬਾਈ ਅਮਜਦ ਬਾਈ ਕੀ ਕਰਦੇ ਹੋ ਜ਼ਰਾਤ ਕਿਉਂ ਗਲਤ ਗੱਲ ਕਰਦੇ ਖੇਤੀਬਾੜੀ ਜ਼ਰਾਤ ਦਾ ਤਾਂ ਉਹ ਕਰਦੇ ਨੇ ਜਿਹਨਾਂ ਨੇ ਫਰੈਂਚਾਈਜ਼ ਬਣਾਈ ਆ ਤੁਸੀਂ ਖੇਤੀਬਾੜੀ ਕਰ ਸਕਦੇ ਹੋ ਕੀ ਕੀ ਕਰ ਲੈਣਾ ਖੇਤੀਬਾੜੀ ਚ ਜ਼ਰਾਤ ਬਾਈ ਕਾਸ਼ਤ ਕਰੀਂਦੀ ਯਾਰ ਫਸਲਾਂ ਹੋਰ ਦੇ ਹਾਲ ਚਲੀਂਦੇ ਹਾਂ ਬਾਈ ਤੂੰ ਜ਼ਰਾਤ ਦਾ ਕੰਮ ਕਰ ਸਕਦਾ ਵਾ ਕਿਉਂਕਿ ਦਾਤਰੀ ਨਾਲ ਸ਼ਕਲ ਮਿਲਦੀ ਅੱਛਾ ਤੁਸੀਂ ਇਹ ਦੱਸੋ ਕਿ ਦਾਣਾ ਮੋਟਾ ਕਰਨ ਨੂੰ ਅਸੀਂ ਸਪਰੇਅ ਤੋਂ ਦੱਸਿਆ ਗਿਆ ਬੜੀ ਬਣਾਈ ਖੁਰਾਕ ਕੀ ਨਾਮ ਹੈ ਘਰਾਟ ਤਾਰਕ ਦੀ ਮਾਰਕ ਦਿਖਾਓ ਲੈ ਬਿਲਕੁਲ ਚਲੇ ਜਾਈ ਨਾਮ ਤੇ ਕਮੀਜ਼ ਲੈ ਖੜਾ ਹੈ ਇਹ ਸਰਪ੍ਰਾਈਜ਼ ਹੈ ਜਾ ਫਟਾਫਟ ਜਾ ਕੇ ਹੁਣ ਚਾਵਲ ਖਤਮ ਹੋ ਜਾਣ ਵੰਡੀਆਂ ਦੇ ਨਾ ਨਾ ਲਿਆ ਲਿਆ ਚਾਵਲ ਨਾ ਮਿਲੇ ਤਾਂ ਪੱਥਰ ਰੱਖ ਲਈ ਵਿੱਚ ਬਹਿ ਜਾ ਕੋਈ ਬੈਠਾ ਨਾ ਕਰਦੇ ਕੋਈ ਸ਼ਾਇਦ ਪਲੇਟ ਚ ਇੱਕ ਇਨਾਮ ਅਸੀਂ ਉਸ ਬੰਦੇ ਨੂੰ ਦੇਵਾਂਗੇ ਜਿਹੜਾ ਖਮੋਸ਼ ਹੋ ਕੇ ਬੈਠਾ ਨਹੀਂ ਚਾਚੇ ਨੂੰ ਵੀ ਨਾਮ ਦੇਣਾ ਚਾਹੀਦਾ ਚਾਚਾ ਬਚਾਰਾ ਬੱਬਰ ਸ਼ੇਰ ਆ ਜਾ ਚਾਚਾ ਉੱਤੇ ਆ ਜਾ ਪਹਿਲਾਂ ਚਾਚੇ ਨੂੰ ਏਡੀ ਗਰਮੀ ਦੇ ਵਿੱਚ ਠੰਡ ਲੱਗੀ ਜਾਂਦੀ ਤਾਲੀਆਂ ਦੀ ਹੀ ਚਾਚੇ ਵਾਸਤੇ ਜ਼ਰਾ ਜ਼ੋਰਦਾਰ ਇਹ ਨੀ ਪਤਾ ਕਿੰਨੇ ਕੁ ਦੇ ਆ ਜਾ ਉੱਥੇ ਚਾਚਾ ਕੀ ਨਾਮ ਹੈ ਤੇਰਾ ਮਾਸ਼ਾਅੱਲਾ ਚਾਚਾ ਫਿਰ ਇਹ ਖੂਬਸੂਰਤ ਹੈ ਇਨਾਮ ਤੈਨੂੰ ਮਿਲਦਾ ਪਿਆ ਸਾਡੇ ਕੋਲ ਤਹੱਫਜ਼ ਦੀ ਤਰਫੋਂ ਤੂੰ ਵੀ ਖੁਸ਼ ਤੇ ਚਾਚੀ ਵੀ ਖੁਸ਼ ਸੁਬਹ ਦੇ ਟਾਈਮ ਤੂੰ ਰੋਟੀ ਖਾਇਆ ਕਰ ਸ਼ਾਮ ਨੂੰ ਉਹਨੂੰ ਖਵਾ ਦਿਆ ਕਰ ਇਸ ਪਲੇਟ ਚ ਅੱਛਾ ਜੀ ਇਨਾਮ ਹੁਣ ਬਗੈਰ ਸਵਾਲ ਤੋਂ ਕਿਉਂ ਚਾਹੀਦਾ ਹੱਥ ਖੜਾ ਕਰੇ ਇਹ ਆਖਰੀ ਇਨਾਮ ਹੈ ਕਿਹੜੇ ਦੋਸਤ ਨੂੰ ਚਾਹੀਦਾ ਬਗੈਰ ਸਵਾਲ ਤੋਂ ਜਿਹੜਾ ਹੱਥ ਖੜਾ ਕਰੇ ਇਹ ਇਨਾਮ ਅਸੀਂ ਉਹਨੂੰ ਦੇਣਾ ਜਿਹੜਾ ਰਨ ਮਰੀਦ ਹੈ ਆਹ ਜਿਹੜਾ ਰਨ ਮਰੀਦ ਹੈ ਇਹ ਉਹ ਉਸ ਬੰਦੇ ਨੂੰ ਇਨਾਮ ਦੇਗਾ ਬੜਾ ਮੁਸ਼ਕਲ ਹੈਗਾ ਰਨ ਮਰੀਦੀ ਕਰਨਾ ਮੈਂ ਕਿਹਾ ਸਲਾਮ ਵਾਲੇਕਮ ਵਾਲੇਕੁਮ ਕੰਮ ਤਾਂ ਮੈਨੂੰ ਪਤਾ ਕਿ ਕੀ ਕਰਦਾ ਹੈ ਅੱਛਾ ਕੀ ਨਾਮ ਹੈ ਆਪਣਾ ਮਾਸ਼ਾਅੱਲਾ ਤੇ ਇਹ ਕਦੋਂ ਕਦੋਂ ਕੰਮ ਸਿੱਖਿਆ ਕਿੰਨੇ ਕੁ ਸਾਲ ਹੋ ਗਏ ਕੰਮ ਕਰਦੇ ਨੂੰ ਉਹ ਵਿਆਹ ਨੂੰ ਕਿੰਨੇ ਕੁ ਸਾਲ ਹੋ ਗਏ ਸੌਖਾ ਟਾਈਮ ਠੀਕ ਦਸ ਪੰਦਰਾਂ ਸਾਲ ਬੜੀ ਹਿੰਮਤ ਹੈ ਤੇਰੀ ਮਰੀਜ਼ ਹੀ ਕਰਦਾ ਫਿਰਦਾ ਸਾਲ ਲੈ ਫਿਰ 15 ਸਾਲ ਦੀ ਸੰਨਤ ਤੈਨੂੰ ਮਿਲਦੀ ਪਈ ਹੈ ਸਾਨੂੰ ਕਰੋ ਤਹੱਫਜ਼ ਦੀ ਤਰਫੋਂ ਦਿਓ ਨਹੀਂ ਇਹ ਜਦੋਂ ਵੀ ਸਾਡਾ ਟਾਈਮ ਤੂੰ ਵੇਖੇਗਾ ਘੜੀ ਦੇ ਵਿੱਚ ਉਦੋਂ ਤੈਨੂੰ ਯਾਦ ਹੈ ਕਿ ਇਹ ਸੰਨਤ ਹੈ ਕੋਈ ਵੀ ਤੈਨੂੰ ਪੁੱਛੇ ਵਾਲ ਕਲਾ ਕਿੱਥੋਂ ਲਿਤਾ ਉਹਨੇ ਕਿਉਂ ਸੰਨਤ ਮਿਲੀ ਮੇਰੇ ਕੋਲ ਬੜੀ ਮਰੀਜ਼ੀ ਦੀ ਕੋਈ ਕੁਛ ਕਹਿਣਾ ਚਾਹੁੰਦਾ ਦੂਸਰੇ ਭਰਾਵਾਂ ਨੂੰ ਅੱਛੇ ਹੁੰਦੇ ਨੇ ਮਰੀਜ਼ ਆ ਵੀ ਸੁਬਹ ਸੁਬਹ ਟਾਈਮ ਨਾਲ ਉੱਠ ਗਿਆ ਕਰੀ ਡਿਊਟੀ ਵੀ ਤਾਂ ਲਾਜ਼ਮੀ ਹੈ ਬੜੀ ਔਖੀ ਕੰਮ ਹੁੰਦਾ ਨਾ ਉਹ ਭਾਵੇਂ ਆਟਾ ਗੁੰਨਦਿਆ ਕਰੀ ਭਾਵੇਂ ਝਾੜੂ ਦੇ ਦਿਆ ਕਰੀ
ਅੱਛਾ ਜੀ, ਤਮਾਮ ਦੋਸਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਡੇ ਕੋਲ ਕੋਈ ਗਲਤੀ ਗੁਸਾਖੀ ਹੋ ਗਈ। ਤਮਾਮ ਦੋਸਤਾਂ ਦੇ ਸ਼ਾਹਰੁਖ ਖਾਨ ਸਪੈਸ਼ਲੀ ਤੇਰੇ ਤੋਂ ਕੋਈ ਗਲਤੀ ਗੁਸਾਖੀ ਹੋ ਗਈ ਤਮਾਮ ਦੋਸਤਾਂ ਦੇ ਸੋਰੀ ਕਰਦੇ ਹਾਂ। ਤੇ ਐਫ ਓ ਜਿਹੜੇ ਵੀ ਬੈਠੇ ਨੇ, ਵੇਖ ਲਾ ਭਾਈ ਜਾਨ ਜੂਸ ਕਿਤੇ ਨਹਿਰ ਤਾਂ ਨਹੀਂ ਪੀ ਗਈ, ਕਿਤੇ ਖਾਲੀ ਡੱਬੇ ਪਏ ਹੋ। ਤਮਾਮ ਦੋਸਤਾਂ ਨੇ ਸੋਰੀ ਕਰਦੇ ਇਹਦੇ ਨਾਲ ਸਾਨੂੰ ਦੋਵੇਂ ਇਜਾਜ਼ਤ ਜ਼ਿੰਦਗੀ ਰਹੀ ਤੇ ਫਿਰ ਮੁਲਾਕਾਤ ਹੋਗੀ। ਚਲਦੇ ਚਲਦੇ ਪਾਕਿਸਤਾਨ ਦਾ ਨਾਰਾ ਪਾਕਿਸਤਾਨ ਜ਼ਿੰਦਾਬਾਦ। ਅਗਰ ਤੁਹਾਨੂੰ ਡਰਾਮਾ ਅੱਛਾ ਲੱਗਿਆ ਤਾਂ ਤੁਹਾਡੀਆਂ ਤਾਲੀਆਂ ਦੱਸਣਗੀਆਂ।